ਦਿਖਾਛੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਅਨਿਕ ਸੰਦੇਸ਼ ਯਾਲਖ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਖਾਸ ਸ਼ੋਅ ਦੇ ਵਿੱਚ ਖਾਸ ਮਹਿਮਾਨ ਸਾਡੇ ਨਾਲ ਜ਼ਰੂਰ ਹੁੰਦੇ ਨੇ ਅਜੇ ਖਾਸ ਮਹਿਮਾਨ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਤੁਹਾਡੇ ਪਿਆਰ ਦੇ ਸਦਕਾ ਤੁਸੀਂ ਬਹੁਤ ਉੱਪਰ ਤੱਕ ਪਹੁੰਚਾਇਆ ਤੇ ਅਜੇ ਹੀ ਮਹਿਮਾਨ ਮੇਰੇ ਨਾਲ ਨੇ ਤੇ ਅੱਜ ਜਿਹੜੇ ਮਹਿਮਾਨ ਮੇਰੇ ਨਾਲ ਨੇ ਨਾ ਸ਼ਾਇਦ ਮੈਨੂੰ ਉਹਨਾਂ ਬਾਰੇ ਬਹੁਤਾ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਮੈਂ ਉਹਨਾਂ ਦਾ ਨਾਮ ਲਵਾਂਗੀ ਤਾਂ ਤੁਸੀਂ ਆਪਣੇ ਆਪ ਹੀ ਪਹਿਚਾਨ ਜਾਓਗੇ ਤੇ ਤੁਹਾਡੇ ਚਿਹਰੇ ਤੇ ਆਪਣੇ ਆਪ ਹੀ ਇੱਕ ਵੱਖਰੀ ਜੀ ਸਮਾਈਲ ਹੈ ਜਿਹੜੀ ਖੁਸ਼ੀ ਹੈ ਉਹ ਆਪਣੇ ਆਪ ਹੀ ਆ ਜਾਊਗੀ ਜੀ ਆ ਮੇਰੇ ਨਾਲ ਨੇ ਬੀ ਐਨ ਸ਼ਰਮਾ ਜੀ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਵੈਰੀ ਮੱਚ ਗਰਵ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਔਰ ਗੁਰੂ ਮਹਾਰਾਜ ਅੱਗੇ ਮੇਰੀ ਮੇਨਤੀ ਹੈ ਕਿ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ ਅੱਜ ਜਦੋਂ ਮੈਂ ਤੁਹਾਨੂੰ ਆਏ ਦੇਖ ਰਹੀ ਹਾਂ ਇੱਕ ਬੀਨ ਸ਼ਰਮਾ ਬੈਠਾ ਹੋਇਆ ਨਾ ਤੇ ਮੈਨੂੰ ਖੁਦ ਨੂੰ ਹੈਰਾਨੀ ਹੋ ਰਹੀ ਹੈ ਕਿ ਬੀਨ ਸ਼ਰਮਾ ਦੇ ਨਾਲ ਬੈਠੀ ਹੋਈ ਆ ਇੱਕ ਜਦੋਂ ਬੀਨ ਸ਼ਰਮਾ ਨੇ ਦੇਖਦੇ ਆ ਸਕਰੀਨ ਦੇ ਨਾਲ ਇੱਕ ਚਿਹਰੇ ਤੇ ਸਮਾਈਲ ਦੇਖਦੇ ਸਾਰੀ ਆ ਜਾਂਦੀ ਹੈ ਹੁਣ ਦੂਰ ਇੰਨੀ ਬੈਠੇ ਹੋ ਨਹੀਂ ਤਾਂ ਕੁਦਕਤਾਰੀਆਂ ਤੁਹਾਡੇ ਕੱਢ ਦਿੰਦਾ ਮੈਂ ਮੈਂ ਦੂਰ ਬੈਠੇ ਇਸ ਕਰਕੇ ਹਾਂ ਗੱਲਾਂ ਗੱਲਾਂ ਚਾ ਹੁਣ ਹੁਣ ਨਾਲ ਨਾਲ ਪਤਾ ਲੱਗ ਰਿਹਾ ਕਿ ਬੀਨ ਸ਼ਰਮਾ ਹੀ ਨੇ ਇੱਕ ਜ਼ਿੰਦਗੀ ਹੁੰਦੀ ਹੈ ਕੈਮਰੇ ਦੇ ਮੂਰੇ ਇੱਕ ਜ਼ਿੰਦਗੀ ਹੁੰਦੀ ਹੈ ਜਿਹੜੀ ਪਰਸਨਲ ਆਪਣੀ ਹੁੰਦੀ ਹੈ ਆਮ ਲਾਈਫ ਦੇ ਵਿੱਚ ਮੈਂ ਇਸ ਤਰ੍ਹਾਂ ਹੀ ਰਹਿੰਦਾ ਹਾਂ ਸੀਰੀਅਸਲੀ ਰਹਿੰਦਾ ਹਾਂ ਕਾਮੇਡੀ ਵਗੈਰਾ ਵੀ ਜਿਨ੍ਹਾਂ ਮੇਰਾ ਦਿਲ ਲੁੱਟਿਆ ਵਗੈਰਾ ਦੀ ਜਦੋਂ ਸ਼ੁਰੂਆਤ ਹੋਈ ਸੀਗੀ ਉਦੋਂ ਤੋਂ ਕਾਮੇਡੀ ਕੀਤੀ ਹੈ ਉਸ ਤੋਂ ਪਹਿਲਾਂ ਮੈਂ ਮੇਰਾ ਖਿਆਲ ਹੈ ਕਿ 42 ਫਿਲਮਾਂ ਐਜ਼ ਨੈਗੇਟਿਵ ਰੋਲ ਕੀਤੀਆਂ ਮੈਂ ਤੇ ਜਿੱਦਾਂ ਹੁਣ ਤੁਹਾਨੂੰ ਹਾਸਾ ਆ ਜਾਂਦਾ ਹੈ ਉਦੋਂ ਪਹਿਲਾਂ ਲੋਕਾਂ ਨੂੰ ਡਰ ਆਂਦਾ ਹੁੰਦਾ ਸੀਗੇ ਮੇ ਤੋਂ ਗੁੱਸਾ ਵੀ ਖੇਜ ਵੀ ਅ ਔਰ ਕੁੜੀਆਂ ਤਾਂ ਖਾਸ ਕਰਕੇ ਡਰਦੀਆਂ ਹੁੰਦੀਆਂ ਸੀ ਸ਼ੁਰੂਆਤ ਦੇ ਜੇ ਤੁਹਾਡੀ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਸ਼ੁਰੂਆਤ ਸੀਗੀ ਉਹ ਇੱਕ ਸੀਰੀਅਲ ਤੇ ਹੋਈ ਸੀ ਦੂਰਦਰਸ਼ਨ ਤੇ ਇੱਕ ਸੀਰੀਅਲ ਚੱਲਦਾ ਸੀ ਜਿਸ ਦੇ ਵਿੱਚ ਤੁਸੀਂ ਬਹੁਤ ਵਧੀਆ ਰੋਲ ਸੀ ਤੁਹਾਡਾ ਖਿਆਲ ਚ ਉਹ ਵੀ 네ਗੇਟਿਵ ਕੈਰੈਕਟਰ ਸੀ ਮੇਰੇ ਖਿਆਲ ਹੈ ਤੁਸੀਂ ਗਲਤ ਕਹਿ ਰਹੇ ਕਿਉਂਕਿ ਜੇ ਉਹ ਸ਼ੁਰੂਆਤ ਦੀ ਗੱਲ ਹੈ ਤਾਂ ਉਦੋਂ ਤਾਂ ਤੁਸੀਂ ਮੇਰਾ خیال ਹੈ ਪੰਗੂੜੇ 'ਚ ਹੋਣੇ ਤੁਹਾਨੂੰ ਕਿਦਾਂ ਸੀਰੀਅਲ ਦਿਖ ਗਿਆ ਤੁਹਾਡੇ ਪੇਰੈਂਟਸ ਨੇ ਦੱਸਿਆ ਬਿਲਕੁਲ ਤੇ ਪਹਿਲਾਂ ਤਾਂ ਸਸਰੀਕਾਲ ਤੁਹਾਡੇ ਪੇਰੈਂਟਸ ਨੂੰ ਮੈਂ ਸ਼ੁਰੂਆਤ ਕੀਤੀ ਹੈ ਥੀਏਟਰ ਤੋਂ ਜੀ ਉਹ ਦਿਨਾਂ ਮਤਲਬ ਇਹ ਪਤਾ ਵੀ ਨਹੀਂ ਸੀ ਗਿਆ ਮੈਨੂੰ ਕਿ ਕਦੇ ਫਿਲਮਾਂ 'ਚ ਜਾਂ ਟੀਵੀ 'ਚ ਜਾਂ ਇਹ ਜਿਹਾ ਮੁਕਾਮ ਆਏਗਾ ਕਿ ਤੁਹਾਡੇ ਸਾਹਮਣੇ ਬੈਠਣਾ ਪਏਗਾ। ਅ ਥੀਏਟਰੀ ਕਰਦਾ ਸੀਗਾ ਤੇ ਐਂ ਇ ਲੱਗਦਾ ਸੀਗਾ ਆਪਣੇ ਆਪ ਨੂੰ ਕਿ ਮੈਂ ਇੱਕ ਥੀਏਟ੍ਰਿਸਟ ਹੀ ਬਣ ਕੇ ਰਹਿਣਾ ਹੈ। ਅ ਖੱਦਰ ਦਾ ਕੁੜਤਾ, ਜੀਨ ਥੱਲੇ ਚਪਲਾ, ਝੋਲਾ ਜਾਂ ਲਟਕਾ ਲੈਣਾ ਤੇ ਪਲੇ ਕਰਨੇ ਔਰ ਇਹੀ ਸੋਚਣਾ ਕਿ ਇਹੀ ਜ਼ਿੰਦਗੀ ਹੈ। ਫਿਰ ਓਲੀ-ਓਲੀ ਕੀ ਹੋਇਆ ਕਿ ਇੱਥੇ ਜਿਹੜਾ ਟਗੋਰ ਥੀਏਟਰ ਦੇ ਵਿੱਚ ਦੂਰਦਰਸ਼ਨ ਦੇ ਬੰਦੇ ਆਣੇ ਸ਼ੁਰੂ ਹੋ ਗਏ। ਉਹਨਾਂ ਨੇ ਸਾਡੇ ਜਿਹੜੇ 플레이ਸ ਸੀਗੇ ਉਹਨਾਂ ਨੂੰ ਰਿਕਾਰਡ ਕਰ ਲੈਣਾ ਤੇ ਉੱਥੇ ਟੈਲੀਕਾਸਟ ਕਰਨਾ ਟੀਵੀ ਤੇ ਤੇ ਐਦਾ 2-3 ਸਾਲ ਉਹ ਉਹਨਾਂ ਦੇ 플레이ਸ ਦੇ ਵਿੱਚ ਮੈਂ ਆਂਦਾ ਰਿਹਾ ਉਹ 플레이 ਮਕਬੂਲ ਹੁੰਦੇ ਰਹੇ ਫਿਰ ਦੂਰਦਰਸ਼ਨ ਤੇ ਇੱਕ सुरेंद्र ਸਾਨੀ ਹੋਇਆ ਕਰਦੇ ਸੀਗੇ ਹਾਂ ਉਹਨਾਂ ਦੀ ਹੁਣ ਤਾਂ ਡੈਥ ਹੋ ਚੁੱਕੀ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਕਦੀ ਆਡੀਸ਼ਨ ਪਾਸ ਕੀਤਾ ਮੈਂ ਕਿਹਾ ਜੀ ਨਹੀਂ ਉਹ ਕਹਿੰਦੇ ਕਿ ਮੈਂ ਭੇਜੂਗਾ ਆਪਕੋ ਵਹਾਂ ਸੇ ਕਾਲ ਤੋ ਆਪਕੋ ਬੁਲਾਉਂਗਾ ਮੈਂ ਕਿਹਾ ਚਲੋ ਅਨ੍ਹੀ ਕ੍ਰੇਜ਼ ਵੀ ਨਹੀਂ ਸੀਗੀ ਔਰ ਆਗੇ ਉਧਰੋਂ ਟੈਲੀਗ੍ਰਾਮ ਆਈ ਤੇ ਮੈਂ ਉੱਥੇ ਗਿਆ ਜਦੋਂ ਤੇ ਉਹਨਾਂ ਨੇ ਕਿਹਾ ਕਿ ਕਾਂਸ਼ੀਨਾਥ ਕੋਈ ਕੈਰੇਕਟਰ ਦਾ ਨਾਮ ਹੈ ਵੀ ਉਹ ਤੁਸੀਂ ਪਲੇ ਕਰਨਾ ਉਹ ਪੜੋ ਮੈਂ ਕਿਹਾ ਕਾਂਸ਼ੀਨਾਥ ਕੋਈ ਚਪੜਾਸੀ ਵਗੈਰਾ ਹੋਣਾ ਹੈ ਜਾਂ ਇਹ ਜਿਹਾ ਹੀ ਹੋਣਾ ਬਾਅਦ ਚ ਪਤਾ ਲੱਗਿਆ ਕਿ ਉਹ ਕਹਾਣੀ ਸਾਦਤ ਹਸਨ ਮਾਂਟੋ ਦੀ ਸੀਗੀ ਜੇਬ ਕਤਰੇ ਹੂੰ 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 ਜੇਬ ਕਤਰੇ ਜੇਬ ਕਤਰੇ ਸੀਗੇ ਤੇ ਮੈਂ ਜੇਬ ਕਤਰਾ ਉਹਦੇ ਵਿੱਚ ਬਣਿਆ ਆਇਆ ਸੀਗਾ ਤੇ ਮੇਨ ਰੋਲ ਸੀਗਾ ਜੀ ਮੇਰਾ ਉਹ ਹਿੰਦੀ ਵਿੱਚ ਸੀਗੀ ਤੇ ਉਹ ਪਹਿਲੇ ਜਿਹੜੀ ਉਹ ਟੈਲੀ ਫਿਲਮ ਸੀਗੀ ਜੀ ਉਹਦੇ ਰਾਹੀਂ ਮਤਲਬ ਨੈਸ਼ਨਲ ਹੁਕਮ ਤੇ ਵੀ ਔਰ ਦੂਰਦਰਸ਼ਨ ਤੇ ਵੀ ਮੇਰਾ ਆਡੀਸ਼ਨ ਕਲੀਅਰ ਹੋ ਗਿਆ ਮੈਂ ਮਤਲਬ ਕੰਮ ਸ਼ੁਰੂ ਹੋ ਗਿਆ ਫਰੀਕ ਤੋਂ ਬਾਅਦ ਇਹ ਕਿਸ ਤਰ੍ਹਾਂ 100 150 ਕੁ ਮੈਂ ਦੂਰਦਰਸ਼ਨ ਦੇ ਸੀਰੀਅਲ ਵਗੈਰਾ ਕੀਤੇ ਦੂਰਦਰਸ਼ਨ ਤੇ ਕੰਮ ਕਰਦੇ ਕਰਦੇ ਇਹ ਦੂਰਦਰਸ਼ਨ ਦੇ ਇੱਕ ਡਾਇਰੈਕਟਰ ਹੈ ਹੁਣ ਵੀ ਛੱਡ ਚੁੱਕੇ ਹੈ ਸ਼ਾਇਦ ਹਰਜੀਤ ਭਾਜੀ ਉਹਨਾਂ ਦਾ ਨਾਮ ਹੈ ਉਹਨਾਂ ਨੇ ਇੱਕ ਫਿਲਮ ਬਣਾਈ ਬਸਾਖੀ ਉਹਨਾਂ ਨੇ ਮੈਨੂੰ ਰੋਲ ਦੇ ਦਿੱਤਾ ਉਹਦੇ ਵਿੱਚ ਮੇਰੇ ਕੈਰੈਕਟਰ ਦਾ ਨਾਮ ਸੀਗਾ ਧੂਸ਼ ਬਦਮਾਸ਼ ਹੁੰਦਾ ਜੀ ਮੈਂ ਧੂਸ਼ ਹਾਂਜੀ ਬਲੈਕ ਯਾ ਜਰ ਟਾਈਪ ਦਾ ਕੋਈ ਫੀਮ ਫੂਮ ਵੇਚਣ ਵਾਲੇ ਸ਼ਰਾਬਾਂ ਵੇਚਣ ਵਾਲੇ ਹੈ ਜੋ ਬੰਦਾ ਸੀਗਾ ਜੀ ਔਰ ਜੋ ਮੇਰੀ ਵਾਈਫ ਹੁੰਦੀ ਹੈ ਉਹ ਪਹਿਲੇ ਵਿਆਹ ਤੋਂ ਪਹਿਲਾਂ ਹੰਸ ਰਾਜ ਹੰਸ ਨਾਲ ਉਹਨਾਂ ਪਿਆਰ ਮੁਹੱਬਤ ਹੁੰਦਾ ਹੈ ਇਹ ਜੀ ਕਹਾਣੀ ਸੀਗੀ ਤੇ ਉਹ ਵਿਆਹ ਤੋਂ ਬਾਅਦ ਵੀ ਮਿਲਦੀ ਹੈ ਤੇ ਇੱਕ ਸੀਨ ਸੀਗਾ ਕਿ ਉਹ ਮਿਲ ਕੇ ਆਈਏ ਤੇ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਉਹ ਮੁਰਗੀ ਜਾਂ ਮੁਰਗਾ ਫੜ ਗਏ ਉਹ ਉਹ ਜਦੋਂ ਲੇਡੀ ਆਏਗੀ ਤਾਂ ਉਹਨੂੰ ਦੇਖ ਕੇ ਉਹ ਮਰੂੜਨੀ ਆ ਉਹਦੀ ਗਰਦਨ ਕਰਦਾਂ। ਹਾਂ ਤੇ ਇਸ ਤਰ੍ਹਾਂ ਮਾਰ ਦਿੱਤੀ ਵੀ ਮਤਲਬ ਇਸੇ ਮਾਲਿਕ ਜਾ ਹੋਏਗਾ। ਹੂੰ ਹੂੰ ਮੈਂ ਕਦੀ ਆਂਡੇ ਨੂੰ ਨਹੀਂ ਹੱਥ ਲਾਇਆ ਸੀਗਾ ਹੈਨਾ। ਤੇ ਮੈਂ ਕਿਹਾ ਜੀ ਮੈਂ ਤਾਂ ਇਹਨੂੰ ਮੁਰਗੀ ਨੂੰ ਮਾਰ ਨਹੀਂ ਸਕਾਂ। ਉਹ ਕਹਿੰਦੇ ਕੁਝ ਨਹੀਂ ਹੁੰਦਾ ਪੈਰ ਬੰਦ ਦਿੰਦੇ ਇਹਦੇ ਪੰਜੇ ਜੇ ਬੰਦਾਂਗੇ। ਉਹ ਬੰਦ ਤੇ ਮੈਂ ਪਕੜਨ ਦੀ ਕੋਸ਼ਿਸ਼ ਕਰਾਂ ਤੇ ਉਹ ਮੈਨੂੰ ਫੜੀ ਨਾ ਜਾਏ। ਔਰ ਕੋਗਾ ਕਾਫੀ ਟਾਈਮ ਇਸ ਤਰ੍ਹਾਂ ਵੇਸਟ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਚਲੋ ਕੁਝ ਹੋਰ ਅਲਟਰਨੇਟ ਸੋਚਦੇ ਹਾਂ ਉਹਨਾਂ ਨੇ ਮਰੀ ਹੋਈ ਮੁਰਗੀ ਲਿਆਤੀ ਤੇ ਕਿਹਾ ਕਿ ਇਹਦੇ ਪੰਖ ਜਿਹੜੇ ਆ ਉਹ ਖਿੱਚੋ ਤੇ ਥੱਲੇ ਤੋਂ ਅਸੀਂ ਕੈਮਰੇ ਦੇ ਉਹ ਖੂਨ ਦੇ ਛਿੱਟੇ ਜਿਹਾ ਪਾ ਦਾਂਗੇ ਮੂੰਹ ਦੇ ਉੱਤੇ ਮੈਂ ਉਹ ਵੀ ਅਦਾਂ ਖਿਚਾਇਆ ਜਾਂ ਉਹਦਾ ਪੰਖ ਦਸ ਕਿੰਜੀ ਉਹਦੇ ਨਾਲ ਆਏ ਉਹ ਵੀ ਨਾਮੇ ਤੋਂ ਹੋਇਆ کافی دیر ਹੋ ਗਿਆ ਮੈਂ ਫਿਰ ਉਹਨਾਂ ਤੋਂ ਮਾਫੀ ਮੰਗੀ ਮੈਂ ਕਿਹਾ ਜੀ ਮੈਂ ਤਾਂ ਕਰ ਨਹੀਂ ਸਕਾਂਗਾ ਮੇ ਤੋਂ ਹੋ ਨਹੀਂ ਰਿਹਾ ਕੁਝ ਹੋਰ ਦਿਖਾ ਲੋ ਬਦਮਾਸ਼ੀ ਦਿਖਾਣਾ ਕੁਝ ਹੋਰ ਦਿਖਾ ਲੋ ਉਹ ਮੰਨੇ ਨਹੀਂ ਉਹਨਾਂ ਨੇ ਕਿਹਾ ਜੀ ਨਹੀਂ ਐਸੇ ਫਿਰ ਉਹਨਾਂ ਨੇ ਸੋਚ ਕੇ ਉਹ ਪੰਖ ਜੇ ਛਿੱਲ ਕੇ ਉਹ ਮੇਰੇ ਇੱਥੇ ਫਸਾ ਦਿੱਤੇ ਔਰ ਐਦਾਂ ਮੈਂ ਰੱਖ ਕੇ ਬੈਠਾ ਰਿਹਾ ਜਦੋਂ ਉਹਨਾਂ ਨੇ ਐਕਸ਼ਨ ਕੀਤਾ ਮੈਂ ਉਹ ਖਿੱਚੇ ਥੱਲੇ ਤੋਂ ਉਹਨਾਂ ਨੇ ਛਿੱਟੇ ਜੇ ਪਾ ਦਿੱਤੇ ਔਰ ਲੱਗਿਆ ਕਿ ਇਸ ਤਰ੍ਹਾਂ ਕਿਵੇਂ ਮੈਂ ਮਾਰਤੀ ਐ ਉਹ ਮੁਰਗੀ ਇਹ ਸੀਨ ਸੀਗਾ ਉਦੋਂ ਬਾਅਦ سلسلہ ਇਦਾਂ ਦਾ ਹੀ ਚੱਲ ਪਿਆ ਨੈਗੇਟਿਵ ਰੋਲ ਮਿਲਣ ਲੱਗੇ ਮੈਨੂੰ ਲੱਗਦਾ ਗੁਰੂ ਮਹਾਰਾਜ ਦੀ ਕਿਰਪਾਈ ਸੀਗੀ ਇਹ ਫਿਲਮ ਦੀ ਡਬਿੰਗ ਕਰਨ ਬੰਬੇ ਗਿਆ ਉੱਥੇ ਜਗਦਰਸ਼ਨ ਸਮਰਾ ਉਹ ਡਬਿੰਗ ਦੇਖਣਾ ਹੈ ਉਹਨਾਂ ਨੇ ਕਿਹਾ ਜੀ ਮੈਂ ਇੱਕ ਫਿਲਮ ਬਣਾ ਰਿਹਾ ਜਿਗਰਾ ਜੱਟ ਦਾ ਮੈਂ ਉਦੋਂ ਵੀ ਚ ਤਾਨੂੰ ਕੰਮ ਦਗਾ ਤੇ ਉਹਨਾਂ ਨੇ 2 ਮਹੀਨੇ ਬਾਅਦ ਕਾਲ ਕੀਤੀ ਮੈਂ ਫਿਲਮ ਕੀਤੀ ਉਹਦੇ ਵਿੱਚ ਯੋਗਰਾਜ ਜੀ ਵਿਲਨ ਸੀਗੇ ਮੈਂ ਉਹਨਾਂ ਦੇ ਨਾਲ ਹੁੰਦਾ ਰਾਈਟ ਹੈਂਡ ਹੁੰਦਾ ਉਹਨਾਂ ਦਾ ਯੋਗਰਾਜ ਜੀ ਨੇ ਕਿਹਾ ਮੈਂ ਇਸ ਫਿਲਮ ਤੋਂ ਬਾਅਦ ਜੱਟ ਪੰਜਾਬ ਦਾ ਇੱਕ ਫਿਲਮ ਕਰ ਰਿਹਾ ਹਾਂ ਉਹਦੇ ਵਿੱਚ ਮੇਨ ਵਿਲਨ ਹੈ ਤੁਹਾਡਾ ਇਸ ਤਰ੍ਹਾਂ ਚੱਲਦਾ ਰਿਹਾ ਕੰਮ ਨੇਗੇਟਿਵ ਨੇਗੇਟਿਵ ਨਾ ਕਿ ਫਿਲਮਾਂ 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 ਪਰ ਮਿਲਦੀਆਂ ਰਹੀਆਂ ਲਗਾਤਾਰ 네ਗੇਟਿਵ ਕਰੈਕਟਰ ਕਰਦੇ ਰਹੇ ਬਹੁਤ ਸਾਰੀਆਂ ਫਿਲਮਾਂ ਤੁਸੀਂ 네ਗੇਟਿਵ ਕਰੈਕਟਰ ਕੀਤੀਆਂ ਬਾਅਦ ਦੇ ਵਿੱਚ ਤੁਸੀਂ ਹੁਣ ਪਹਿਚਾਨ ਆ ਜਿਹੜੀ ਹੁਣ ਤੁਹਾਡੀ ਇੱਕ ਬਹੁਤ ਹੀ ਵਧੀਆ ਜੀ ਕਾਮੇਡੀ ਕਰਨ ਵਾਲੀ ਇਹ ਜੀ ਕਾਮੇਡੀ ਜਿਸ ਨੂੰ ਜਦੋਂ ਤੁਹਾਡਾ ਨਾਮ ਵੀ ਹੁੰਦਾ ਨਾ ਕਿ ਐਂਟਰੀ ਹੋਣ ਵਾਲੀ ਹੈ ਬਿਨ ਸ਼ਰਮਾ ਦੀ ਹਲੇ ਡਾਇਲੋਗ ਵੀ ਨਹੀਂ ਬੋਲਿਆ ਹੁੰਦਾ ਲੋਕੀ ਪਹਿਲਾਂ ਹੀ ਖੁਸ਼ ਹੋ ਜਾਂਦੇ ਹੁੰਦੇ ਆ ਹੁਣ ਇਸ ਤਰ੍ਹਾਂ ਦੀ ਪਹਿਚਾਨ ਬਣੀ ਹੋਈ ਹੈ ਜਦੋਂ 네ਗੇਟਿਵ ਕਰੈਕਟਰ ਤੋਂ ਤੁਸੀਂ ਕਾਮੇਡੀ ਚਾਇਸ ਸੀ ਉਦੋਂ ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨ ਚ ਕਿੰਨਾ ਔਖ ਮੈਂ ਕੁਝ ਨਹੀਂ ਚੇਂਜ ਕੀਤਾ ਜੀ ਗੱਲ ਕੀ ਹੈ ਕਿ ਹੁਣ ਵੀ ਜਿਸ ਤਰ੍ਹਾਂ ਤੁਸੀਂ ਕਹਿ ਹੀ ਰਹੇ ਹੋ ਮੈਨੂੰ ਹੋਰ ਵੀ ਐਦਾ ਜਿਹੜੇ ਇੰਟਰਵਿਊ ਵਗੈਰਾ ਲੈਂਦੇ ਹੈ ਜਾਂ ਪ੍ਰੈਸ ਦੇ ਰਿਪੋਰਟਰ ਹੁੰਦੇ ਉਹ ਕਹਿੰਦੇ ਆ ਕਿ ਤੁਹਾਨੂੰ ਦੇਖਦੇ ਸਕਰੀਨ ਤੇ ਹਾਸਾ ਆ ਜਾਂਦਾ ਇਹ ਆ ਜਾਂਦਾ ਉਹ ਆ ਜਾਂਦਾ ਕਮੇਡੀਅਨ ਮੈਨੂੰ ਥੋੜਾ ਜਿਹਾ ਫੀਲ ਹੁੰਦਾ ਜਦੋਂ ਮੈਨੂੰ ਕੋਈ ਕਮੇਡੀਅਨ ਕਹੇ ਨਾ ਕਿਉਂਕਿ ਮੈਂ ਤਾਂ ਐਕਟਰ ਹਾਂ ਜੀ ਪਰ ਪਰਫਾਰਮਰ ਹੈ ਜੀ ਮੈਂ ਮੈਨੂੰ ਜੋ ਵੀ ਰੋਲ ਮਿਲਦਾ ਹੈ ਹੁਣੇ ਤੁਸੀਂ ਇੱਕ ਪਿੱਛੇ ਆਈ ਸੀਗੀ ਫਿਲਮ ਜੱਜ ਸਿੰਘ ਐਲ ਐਲ بی ਉਹਦੇ ਉਹਦੇ ਵਿੱਚ ਸੈਂਸਿਟਿਵ ਰੋਲ ਸੀਗਾ ਹੁਣੇ ਇੱਕ ਫਿਲਮ ਮੈਂ ਕੀਤੀ ਹੈ ਅਰਜੁਨ ਉਹਦੇ ਵਿੱਚ ਵੀ ਇਸ ਤਰ੍ਹਾਂ ਲੋਕਨ ਹੈ ਮੈਨੂੰ ਅਪਰੀਸ਼ੀਏਟ ਕੀਤਾ ਕਿ ਯਾਰ ਇੱਕ ਹਸਾਨ ਵਾਲਾ ਬੰਦਾ ਰਵਾ ਵੀ ਸਕਦਾ ਤਾਂ ਜਦੋਂ ਇਹ ਜੇ ਕਮੈਂਟਸ ਮਿਲਣ ਮੈਨੂੰ ਉਹਦੇ ਨਾਲ ਕੁਛੀ ਹੁੰਦੀ ਹੈ ਕਿ ਨਹੀਂ ਐਦਾਂ ਟੈਗ ਲੱਗ ਜਾਏ ਕਿ ਵਿਨਰ ਹੈ ਜਾਂ ਟੈਗ ਲੱਗ ਜਾਏ ਕਿ ਕਾਮੇਡੀਅਨ ਹੈ ਉਹ ਥੋੜਾ ਅੱਛਾ ਫੀਲ ਨਹੀਂ ਹੁੰਦਾ ਪਰ ਜਦੋਂ ਤੁਹਾਡੇ ਸਾਰੀਆਂ ਮੂਵੀਜ਼ ਦੇਖਦੇ ਆ ਵੱਖ-ਵੱਖ ਕਿਰਦਾਰ ਦੇਖਦੇ ਆ ਫਿਰ ਤਾਰੀਫ਼ ਵੀ ਤੁਹਾਡੀ ਹੁੰਦੀ ਹੈ ਕਿ ਉਹੀ ਬੰਦਾ ਹੈ ਜਿਨੇ ਨੈਗੇਟਿਵ ਫਿਲਮਾਂ ਵੀ ਕੀਤੀਆਂ ਉਹੀ ਬੰਦਾ ਹੈ ਜੋ ਕਾਮੇਡੀ ਵੀ ਬਹੁਤ ਵਧੀਆ ਕਰਦਾ ਤੇ ਉਹੀ ਬੰਦਾ ਹੈ ਜੋ ਇੰਨਾ ਵਧੀਆ ਹਰ ਇਮੋਸ਼ਨਲ ਕਿਰਦਾਰ ਹੈ ਜਿਹੜਾ ਉਸ ਨੂੰ ਬਾਖੂ ਬਿਨਿਵਾਵੇ ਇੱਕ ਕੰਪਲੀਟ ਪੈਕੇਜ ਟੈਲੈਂਟ ਦੀ ਇੱਕ ਪੂਰਾ ਪੈਕੇਜ ਕਿ ਟੈਲੈਂਟ ਹਰ ਤਰ੍ਹਾਂ ਦਾ ਹੈਗਾ ਬੀ ਐਨ ਸ਼ਰਮਾ ਜੀ ਦੇ ਵਿੱਚ ਬੀ ਐਨ ਸ਼ਰਮਾ ਜੀ ਦੇ ਨਾਲ ਹੋਰ ਵੀ ਗੱਲਾਂ ਕਰਨੀਆਂ ਨੇ ਇੱਕ ਛੋਟੇ ਜਿਹੇ ਬ੍ਰਿਕਦਾਰ